ਜੀ ਸਰਦਾਰ ਸਾਹਿਬ ਹਰਮ ਸੁੰਦਰ ਸਿੰਘ, ਇਹ ਵੀ ਮਿਡਲ ਸਕੂਲ, ਇਹ ਵੀ ਮੇਨ ਐਂਗਲ ਓਵਰ ਨੈਕਲ ਮਿਡਲ ਸਕੂਲ ਸੋਲਾਨੀਆ 1926 ਉਸ ਜ਼ਮਾਨੇ 'ਚ ਸਾਰਾ ਐਂਗਲੋ ਵਰਨੈਕਲਰ ਉਹ ਸਕੂਲ ਹੁੰਦਾ ਸੀ ਜਿਹੜਾ ਇੰਗਲਿਸ਼ ਮੀਡੀਅਮ ਔਰ ਰੈਜ਼ੀਡੈਂਸ਼ੀਅਲ ਵੀ ਹੁੰਦਾ ਸੀ ਉਸ ਨੂੰ, ਮਤਲਬ ਉਸ ਜ਼ਮਾਨੇ 'ਚ ਐਂਗਲੋ ਵਰਨੈਕਲਰ ਉਹ ਅਦਾਰੇ ਵੀ ਕਿਹਾ ਜਾਂਦਾ ਸੀ, ਐਂਗਲੋ ਵਰਨੈਕ ਜਿਹੜਾ ਇੰਗਲਿਸ਼ ਮੀਡੀਅਮ ਅਦਾਰਾ ਹੁੰਦਾ ਸੀ। ਅਤੇ ਸਿੱਖ ਕਮਿਊਨਿਟੀ ਨੇ ਸਰ ਜਿਹੜੇ ਸਾਡੇ ਇੱਥੋਂ ਦੇ ਲੋਕਲ ਰਹਿਣ ਵਾਲੇ ਸਰਦਾਰ ਸਾਹਿਬਾਨ ਸਨ ਜਿਨ੍ਹਾਂ 'ਚ ਡੈਪਟੀ ਨਿਹਾਲ ਸਿੰਘ ਉਹਨਾਂ ਦਾ ਨਾਮ ਹੈ, ਉਹਨਾਂ ਇਸ ਅਦਾਰੇ ਨੂੰ ਸਟੈਬਲਿਸ਼ ਕੀਤਾ ਸੀ ਔਰ ਇੱਥੇ ਫਿਰ ਉਹਨਾਂ ਦੇ ਜਿਹੜੇ ਬੱਚੇ ਸਨ ਉਹ ਵੀ ਇੱਥੇ ਪੜ੍ਹਦੇ ਹੋਏ ਅਤੇ ਉਸ ਤੋਂ ਬਾਅਦ ਫਿਰ ਜਿਵੇਂ ਪਾਰਟੀਸ਼ਨ ਹੋਈ ਇੱਥੇ ਚਲੇ ਗਏ। ਲੇਕਿਨ ਮੈਂ ਸਮਝਦਾ ਕਿ ਉਹਨਾਂ ਦਾ ਬਹੁਤ ਬੜਾ ਇਸ ਪਿੰਡ ਦੇ ਨਾਲ ਉਹਨਾਂ ਦੀ ਮੁਹੱਬਤ ਦਾ ਇਜ਼ਹਾਰ ਹੈ ਕਿ ਅੱਜ ਵੀ ਅਦਾਰਾ ਰੋਸ਼ਨੀ ਖਿਲਾ ਰਿਹਾ ਲੰਬੀ ਰੋਸ਼ਨੀ ਨੌਲੇਜ ਨੂੰ ਸਾਰੀ ਦੁਨੀਆ 'ਚ, ਕਿ ਇੱਥੋਂ ਦੇ ਪੜ੍ਹੇ ਲਿਖੇ ਲੋਕ ਸਾਰੀ ਦੁਨੀਆ ਦੇ ਵਿੱਚ ਫੈਲਦੇ ਨੇ ਔਰ ਬਿਲਾ ਤਫਰੀਕ ਬਜਗੋ ਸਾਰੇ ਮਾਮਲਾਤ ਬਹੁਤ ਅੱਛੇ ਨਾਲ। ਔਰ ਇੱਕ ਹੋਰ ਅੱਛੀ ਚੀਜ਼ ਜਿਹੜੀ ਇੱਥੇ ਸਾਨੂੰ ਵੇਖਣ ਨੂੰ ਮਿਲ ਰਹੀ ਹੈ ਉਹ ਇਹ ਹੈ ਕਿ ਅਜੇ ਨੇਮ ਪਲੇਟ ਉਹਨਾਂ ਦੇ ਨਾਮ ਉਹਨਾਂ ਦੇ ਨਾਮ ਹੀ ਅਦਰਵਾਈਜ਼ ਇਹ ਬਹੁਤ ਸਾਰੀ ਪਾਰਟੀਸ਼ਨ ਤੋਂ ਬਾਅਦ ਇਹ ਬਦਅੰਤੀ ਹੁੰਦੀ ਹੈ, ਇਹ ਨਾਮੇ ਬਦਲ ਦਿੱਤੇ ਜਾਂਦੇ ਆ ਉਹਨਾਂ ਦੀ, ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਉਹਨਾਂ ਦੇ ਨਾਮ ਦੇ ਨਾਮ ਹੀ ਲਾਂਗਰਾ ਫੈਮਿਲੀ ਜਾਇਦਾਦ ਫੈਮਿਲੀ ਤੁਹਾਡੀ ਫੈਮਿਲੀ ਤਾਂ 41 ਨਾਲ 10 ਮੱਲੇ ਰਕਬਾ ਅਲਾ ਦਾ ਗਵਰਨਮੈਂਟ ਨੇ ਦਿੱਤਾ ਸਕੂਲ ਦਾ ਸਕੂਲ ਦਾ ਸਕੂਲ ਅੱਜ ਵੀ ਮੌਜੂਦ ਹੈ। ਤੁਸੀਂ ਸਾਲ ਦਾ ਨਵਾਂ ਦਿਨ ਜਿਹੜਾ ਨਾ ਕੋਈ ਇੱਕ ਦਿਨ ਉਹ ਮਖਸੂਸ ਕਰ ਲਓ ਜਿਸ ਦਿਨ ਇਹਨਾਂ ਦੇ ਨਾਮ ਦੀਆਂ ਨਾ ਕੋਈ ਮੋਮਬੱਤੀਆਂ ਇਹਨਾਂ ਦੇ ਨਾਮ ਦੀ ਨਾ ਕੋਈ ਛੋਟੀ ਜਿਹੀ ਇੱਕ ਤਕਰੀਬ ਕਰਤੀ ਕਰੋ, ਉਹ ਰਵਾਇਤ ਪੈ ਜਾਣਗੇ ਆਉਣ ਵਾਲੇ ਨਸਲਾਂ ਫਿਰ ਇਹਨਾਂ ਨੂੰ ਯਾਦ ਕਰਦੀਆਂ। ਬਿਲਕੁਲ, ਇਸ ਲਈ ਜਿਹੜਾ ਐਜੂਕੇਸ਼ਨ ਹੈ ਜੋ ਕੰਮ ਕਰੇਗਾ ਉਹਨੂੰ ਫਿਰ ਇੱਕ ਇਹ ਵੀ ਤਾਰੀਖ ਮਿਲੇਗੀ ਕਿ ਯਾਰ ਮੇਰਾ ਨਾਮ ਜਾਂ ਮੇਰੇ ਵੱਡਿਆਂ ਨੇ ਇੱਕ ਸਕੂਲ ਬਣਾਇਆ ਸੀ ਜਾਂ ਜੋ ਉੱਥੇ ਆ ਅਤੇ ਮੈਂ ਵੀ ਇੱਕ ਐਸਾ ਸਕੂਲ ਬਣਾ ਜਾਵਾਂ ਜਿੱਥੇ ਐਜੂਕੇਸ਼ਨ ਦੇ ਨਾਲ ਲੋਕ ਜੁੜਨ, ਇਲਮ ਅਦਬ ਦੇ ਨਾਲ ਲੋਕ ਜੁੜਨ ਅਤੇ ਮੇਰਾ ਨਾਂ ਸਦੀਆਂ ਜ਼ਿੰਦਾ ਰਹੇ। ਬਹੁਤ ਵੱਡਾ ਜ਼ਾਂ ਸੀ ਉਹਨਾਂ ਸਰਦਾਰਾਂ ਦੀ ਤਰਫੋਂ, ਬਹੁਤ ਵੱਡਾ ਤੋਹਫਾ ਸੀ ਇਹਦੇ ਇਲਾਕਾ ਨੂੰ, ਇਸ ਇਲਾਕੇ ਨੂੰ, ਇਸ ਖੇਤਰ ਦੇ, ਮਤਲਬ ਸਕੂਲ ਦਾ ਹੋਣਾ ਬਹੁਤ ਵੱਡੀ ਗੱਲ ਸੀ। ਬਿਲਕੁਲ, ਉਸ ਟਾਈਮ ਤੇ ਇਤਨਾ ਨਹੀਂ ਸੀ ਸਕੂਲਾਂ ਦਾ, ਬਜ਼ੁਰਗ ਉਸ ਵਕਤ ਦੱਸਦੇ ਨੇ। ਤੁਸੀਂ ਦੇਖੋ ਸਰ, ਇੱਕ ਇੱਕ ਸਦੀ ਪਹਿਲੇ ਦੀ ਗੱਲ ਹੈ, ਸਾਡੇ ਇੱਥੇ ਵੀ 25 ਸਾਲ ਪਹਿਲੇ ਤੱਕ ਜਿਹੜਾ ਸਕੂਲ ਬਣਾਉਣ ਨੂੰ 30-35 ਸਾਲ ਪਿੱਛੇ ਤੱਕ ਉਹ ਜਿਹੜੇ ਲੈਂਡ ਲਾਰਡ ਸੀ ਉਹ ਸਕੂਲ ਬਣਾਉਣਾ ਪਸੰਦ ਨਹੀਂ ਕਰਦੇ। ਬੜਾ ਸ਼ਰਫ ਹਾਸਲ ਇਹ ਸੀ ਕਿਉਂਕਿ ਇੱਥੇ ਇੰਗਲਿਸ਼ ਪੜ੍ਹਾਈ ਜਾਂਦੀ ਸੀ ਔਰ ਇੰਗਲਿਸ਼ 'ਤੇ ਪੜ੍ਹਨ ਵਾਸਤੇ ਲੋਕ ਸਿੱਖ ਜਿਹੜੇ ਸਫ਼ਰ ਕਰਦੇ, ਇੱਥੇ ਸਾਡੇ ਬਜ਼ੁਰਗ ਦੱਸਦੇ ਨੇ ਕਿ ਸਿੱਖ ਕਮਿਊਨਿਟੀ ਦੇ ਗੱਭਰੂ ਜਵਾਨ ਜਿਹੜੇ ਸਨ ਘੋੜੀਆਂ ਦੇ ਉੱਤੇ ਬਹਿ ਕੇ ਇੱਥੇ ਪੜ੍ਹਨ ਵਾਸਤੇ ਦੂਰ ਦਰਾਜ਼ ਇਲਾਕਿਆਂ ਤੋਂ, ਔਰ ਇੱਕ ਸਕੂਲ ਤਹਿਸੀਲ ਹੈੱਡਕੁਆਟਰ ਕਸਰੂਰ 'ਚ ਸੀ ਔਰ ਇੱਕ ਤਹਿਸੀਲ ਹੈੱਡਕੁਆਟਰ ਡਸਕੇ 'ਚ ਸੀ, ਇਹਦੇ ਦਰਮਿਆਨ ਤਕਰੀਬਨ 32 ਕਿਲੋਮੀਟਰ ਦਾ ਫਾਸਲਾ ਹੈ, ਉਹਦੇ ਦਰਮਿਆਨ ਇੱਕ ਅਗਰ ਸਕੂਲ ਮੌਜੂਦ ਸੀ ਤਾਂ ਉਹ ਹੈ ਸਕੂਲ ਜਿੱਥੇ ਕਿ ਸਾਰੇ ਇਲਾਕੇ ਦੇ ਲੋਕ ਮੁਸਤਫੀਦ ਹੁੰਦੇ ਹਨ। ਉਸ ਤੋਂ ਬਾਅਦ ਉਹਨਾਂ ਨੇ ਵੀ ਲੋਕਾਂ ਨੇ ਮੈਂ ਸਮਝਣਾ
ਕਿ ਸਾਡੀ ਹਕੂਮਤ ਨੇ ਵੀ ਉਸ ਅਦਾਰੇ ਨੂੰ ਉਸਨੇ ਸਾਂਭ ਸੰਭਾਲ ਕੀਤੀ ਹੈ ਅਤੇ ਉਹਨਾਂ ਦੀਆਂ ਜਿਹੜੀਆਂ ਯਾਦਾਂ ਨੇ ਉਹਨਾਂ ਨੂੰ ਯਾਦਾਂ ਰੱਖਾਂਗੇ ਇਜ਼ਾਫਾ ਕੀਤਾ ਅਕਰਮ ਸਾਹਿਬ ਨੇ ਮੈਂ ਇਸ ਸਕੂਲ ਦੀ ਹਾਈ ਬੜੀ ਕੋਸ਼ਿਸ਼ ਕੀਤੀ ਐਮ ਪੀ ਏ ਐਮ ਐਲ ਏ ਸਾਡੇ ਬੱਚੇ ਨੇ ਜਿਨ੍ਹਾਂ ਨੇ ਸਾਡੀ ਇਸ ਸਰਵਿਸ ਨੂੰ ਅਕਰਮ ਸਾਹਿਬ ਤੁਹਾਡਾ ਇਹ ਜਿਹੜੀ ਐਫਰਟ ਹੈ ਪੂਰੀ ਦੁਨੀਆਂ ਸਰਾਹੀ ਜਾਏਗੀ ਸਾਡੇ ਚੈਨਲਸ ਰਾਹੀਂ ਲੋਕ ਤੁਹਾਨੂੰ ਇਸ ਦਾ ਬਿਲਕੁਲ ਇੱਕ ਅੱਛਾ ਇੱਕ ਸ਼ਬਦਾਂ ਨਾਲ ਲਫ਼ਜ਼ਾਂ ਨਾਲ ਯਾਦ ਕਰਨਗੇ ਔਰ ਇਹੀ ਇੱਥੋਂ ਸੁਣ ਕੇ ਜਿਵੇਂ ਸਾਰੇ ਲੋਕ ਤੁਸੀਂ ਸੁਣ ਰਹੇ ਹੋ ਕਿ ਤੁਸੀਂ ਅੱਛਾ ਕੰਮ ਕਰੋ ਤਾਂ ਤੁਹਾਡੀ ਤਾਰੀਫ ਹੋਏਗੀ ਸਾਡੇ ਇੱਥੇ ਇੱਕ ਬੜਾ ਕਿ ਇੱਕ ਬੜਾ ਜ਼ਿਹਨਾਂ ਦੇ ਵਿੱਚ ਇਹ ਹੈ ਕਿ ਯਾਰ ਮੈਂ ਕਰਾਂਗਾ ਤਾਂ ਮੈਨੂੰ ਕੀ ਮਿਲੇਗਾ ਉਹ ਮਿਲਣਾ ਮਿਲਾਉਣਾ ਸ਼ਾਇਦ ਕੁਛ ਨਾ ਮਿਲੇ ਲੇਕਿਨ ਜਿਹੜਾ ਦਿਲਾਂ ਦੇ ਵਿੱਚ ਤੁਹਾਡੀ ਰਿਸਪੈਕਟ ਬਣਾਓਗੇ ਉਹਦਾ ਸਫ਼ਰ ਸਦੀਆਂ ਦਾ ਹੋਏਗਾ ਮੈਂ ਸਰ ਸਮਝਣਾ ਕਿ ਮੈਂ ਕੋਈ ਐਸੀ ਗੱਲ ਨਹੀਂ ਕੀਤੀ ਨਾ ਕੋਈ ਆਸਾਨ ਕੀਤਾ ਮੈਂ ਤੇ ਇਸ ਅਦਾਰੇ ਦਾ ਜਿਹੜਾ ਮੇਰੇ ਤੇ ਕਰਜ਼ ਸੀ ਮੈਂ ਉਹ ਅਦਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਸੇ ਹੱਦ ਤੱਕ ਮੈਂ ਲੇਕਿਨ ਸਾਰਾ ਕਰਜ਼ ਤੇ ਨਹੀਂ ਅਦਾ ਕਰ ਸਕਿਆ ਲੇਕਿਨ ਉਹਨੂੰ ਥੋੜਾ ਜਿਹਾ